ਪੰਜਾਬ ਦੇ ਵਿੱਚ ਪਰਾਲੀ ਇੱਕ ਚੰਗਾ ਪੋਲੀਟੀਕਲ ਮੁੱਦਾ ਹੈ ਜਿਹਨੂੰ ਹਰ ਸਾਲ ਹੀ ਛੇੜ ਲਿਆ ਜਾਂਦਾ ਹੈ ਤੇ ਤੁਹਾਡੇ ਜਿੰਨੇ ਵੀ ਤੁਸੀਂ ਧਰਨੇ ਲਾਏ ਹੁੰਦੇ ਨੇ ਸਾਰੇ ਸਾਲ ਦੇ ਵਿੱਚ ਜਾਂ ਫਿਰ ਮੇਨ ਜਿਹੜਾ ਆਪਣਾ ਦਿੱਲੀ ਧਰਨਾ ਸੀ ਉਹਦਾ ਜਿਹੜਾ ਗੁੱਸਾ ਹੈ ਉਹ ਸਾਰਾ ਇਹ ਸਰਕਾਰਾਂ ਜੜੀਆਂ ਨੇ ਆਪਣਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਆਪਣੇ ਉੱਤੇ ਕੱਢਦੀਆਂ ਨੇ ਨਿੱਕੇ ਜ਼ਿਮੀਂਦਾਰਾਂ ਨੂੰ ਪਰੇਸ਼ਾਨ ਕਰਨ ਦੇ ਵਾਸਤੇ ਤਾੜਨ ਦੇ ਵਾਸਤੇ ਕਿੜਕੀ ਦੇ ਵਿੱਚ ਲਿਆਉਣ ਦੇ ਵਾਸਤੇ ਜਿੰਨਾ ਵੀ ਗੁੱਸਾ ਇਹਨਾਂ ਦੇ ਕੋਲੋਂ ਕੱਢਿਆ ਜਾਂਦਾ ਹੈ ਉਹ ਇਹ ਕੱਢਦੀਆਂ ਨੇ ਸੋ ਹੁਣ ਪੰਜਾਬ ਦੇ 264 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਪਾ ਦਿੱਤੀ ਗਈ ਇਹ ਭੂਵਿੱਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰ ਦਾ ਕਹਿਣਾ ਹੈ ਕਿ ਉਹਨੂੰ ਕੋਈ ਵੀ ਸਰਕਾਰੀ ਸਕੀਮ ਦਾ ਲਾਭ ਜਿਹੜਾ ਉਹਨਾਂ ਕਿਸਾਨਾਂ ਨੂੰ ਨਹੀਂ ਦਿੱਤਾ ਜਾਊਗਾ ਜਾਂ ਹੋਰ ਕੋਈ ਵੀ ਸਬਸਿਡੀ ਜਾਂ ਕਿਸੇ ਵੀ ਰਕਮ ਦੀ ਕੋਈ ਜਿਹੜੀ ਸਕੀਮ ਆਵੇਗੀ ਤਾਂ ਉਹ ਉਹਨਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਇਹਦੇ ਤੋਂ ਇਲਾਵਾ ਸੈਂਕੜੇ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਕਰ ਦਿੱਤੇ ਗਏ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਈਏ ਕਈ ਜਿਹੜੇ ਕਿਸਾਨ ਨੇ ਉਹਨਾਂ ਦੀ ਅੱਗ ਬੁਝਾਉਣ ਵਾਸਤੇ ਮਸ਼ੀਨ ਮਿੰਟੋ ਮਿੰਟ ਆ ਜਾਂਦੀ ਏ ਜਦੋਂ ਵੀ ਉਹ ਪਰਾਲੀ ਨੂੰ ਅੱਗ ਲਾਉਂਦੇ ਨੇ ਆਪਣੀ ਜ਼ਮੀਨ ਦੇ ਵਿੱਚ ਪਾਵੇਂ ਕੀ ਇਹ ਜਿਹੜੀ ਮਸ਼ੀਨ ਹੈ ਅੱਗ ਬੁਝਾਉਣ ਵਾਲੀ ਉਦੋਂ ਨਹੀਂ ਆਉਂਦੀ ਹੁੰਦੀ ਜਦੋਂ ਕਣਕ ਨੂੰ ਅੱਗ ਲੱਗਦੀ ਹੁੰਦੀ ਆ ਉਦੋਂ ਨਹੀਂ ਆਉਂਦੀ ਜਦੋਂ ਸੋਕੇ ਦੇ ਕਾਰਨ ਮੀਂਹ ਨੂੰ ੜੀਕਦੇ ੜੀਕਦੇ ਆਪਣੇ ਝੋਨੇ ਜਿਹੜੇ ਨੇ ਸੜ ਜਾਂਦੇ ਨੇ ਸੋਕੇ ਦੇ ਕਾਰਨ ਜਾਂ ਫਿਰ ਸੈਟਾ ਲਾਈਟ ਦੇ ਵਿੱਚ ਹਜ਼ਾਰਾਂ ਕਿੱਲੇ ਝੋ ਦੇ ਨਾਲ ਖਰਾਬ ਹੋ ਗਿਆ ਸੀ ਹਜ਼ਾਰਾਂ ਕਿੱਲੇ ਹੁਣ ਹੜ ਦੇ ਨਾਲ ਖਰਾਬ ਹੋ ਗਿਆ ਹੈ ਸੈਂਕੜੇ ਕਿੱਲੇ ਨਰਮਾ ਖਰਾਬ ਹੋ ਗਿਆ ਹੈ ਉਹ ਜਣੀਆਂ ਚੀਜ਼ਾਂ ਵਿੱਚ ਨਹੀਂ ਆਉਂਦੀਆਂ ਪੰਜ ਤੋਂ 6 ਕਿਸਾਨ ਦਿਨ ਦੇ ਵਿੱਚ ਖੁਦਕੁਸ਼ੀ ਕਰਦੇ ਨੇ ਉਹਨਾਂ ਦੇ ਉੱਤੇ ਕਿਸੇ ਦਾ ਕੋਈ ਧਿਆਨ ਨਹੀਂਗਾ ਬਾਕੀ ਤੁਸੀਂ ਕੀ ਕਹਿਣਾ ਜਾਓਗੇ ਇਹਦੇ ਉੱਤੇ ਜੋ ਵੀ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਚੰਗੇ ਨੇ ਜਾਂ ਮਾੜੇ ਨੇ ਸਾਡੇ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝ ਕਰਿਓ ਜੇ ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਕਰਦੇ ਹੋ ਜੇ ਤਾਂ ਜੋ ਉਹਨਾਂ ਨੂੰ ਵੀ ਇਹ ਪਤਾ ਲੱਗ ਸਕੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ